ਕਿੱਥੇ ਜਾਣਾ ਪਹਿਲੇ ਆ ਖਾ ਲੋ ਪਹਿਲੇ ਆ ਖਾ ਲੋ ਫਿਰ ਭੇਜ ਦੇ ਖਾ ਲੋ ਖਾ ਲੋ ਪਹਿਲੇ ਆ ਖਾ ਲੋ ਨਾ ਆ ਖਾ ਲੋ ਫਿਰ ਭੇਜ ਦਿੰਦੇ ਆ ਠੀਕ ਹੈ ਉਹ ਲਾ ਕੇ ਉਹਨੂੰ ਫਿਰ ਪਾਈ ਜਾਂਦਾ ਬੱਚੇ ਬੀਬੇ ਬਣ ਗਏ ਅੱਜ ਨਹੀਂ ਰੋਂਦੇ ਹੈ ਨਾ
ਫਿਰ ਅੱਜ ਦੇਖੋ ਵੀਡੀਓ ਬਣਦੀ ਵੀ ਮਾਮਾ ਨੂੰ ਭੇਜ ਦੇਣੀ ਇਹਨਾਂ ਦੀ ਠੀਕ ਹੈ ਰੋਣਾ ਕਿ ਨਹੀਂ ਨਾ ਨੋ ਨੋ ਰੋਣਾ ਨਹੀਂ ਆ ਕਿਹੜੀ ਕਲਾਸ ਆ ਕਿਹੜੀ ਕਲਾਸ ਦੱਸੋ ਕਿਹੜੀ ਕਲਾਸ ਮਿਲੀ ਆ ਨਰਸਰੀ ਓਕੇ ਕੋਈ ਗੱਲ ਨਹੀਂ ਮੰਮਾ ਨੇ ਆਇਆ ਨਾ ਇੱਕ ਘੰਟੇ ਦੀ ਗੱਲ ਆ ਤੁਸੀਂ ਉਹਨਾਂ ਚਾਰੇ ਇੰਜੋਏ ਕਰੋ ਖੇਡੋ ਠੀਕ ਹੈ ਚਲੋ ਆਦੀ
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਈ ਨੇਮ ਇਸ ਮਨਵਿੰਦਰ ਕੌਰ ਕੁਲਰ ਮੈਨੂੰ ਇਸ ਫਲੋਰ ਦਾ ਲਾਈਕ ਪ੍ਰੀ ਪ੍ਰਾਇਮਰੀ ਵਿੰਗ ਦਾ 30 ਈਅਰਸ ਦਾ ਐਕਸਪੀਰੀਅੰਸ ਹੈ 30 ਈਅਰਸ ਤੋਂ ਮੈਂ ਇੱਥੇ ਕੰਮ ਕਰ ਰਹੀ ਹਾਂ ਹੁਣ ਆਈ ਐਮ ਹੈਡ ਮਿਸਟ੍ਰੈਸ ਨਾਓ ਪ੍ਰੈਜੈਂਟਲੀ ਵੈਲਕਮ ਟੂ ਦਾ ਸੀਕੇਡੀ ਫੈਮਿਲੀ ਫੋਰ ਦਾ ਨਿਊ ਜਰਨੀ ਆਫ ਯੋਰ ਚਾਈਲਡ ਅਸੀਂ ਮੈਂ ਤੁਹਾਡੇ ਸਾਰਿਆਂ ਦਾ ਜੀ ਆਇਆਂ ਨੂੰ ਕਰਦਾ ਹਾਂ ਤੁਹਾਡਾ ਵੀ ਔਰ ਤੁਹਾਡੇ ਬੱਚਿਆਂ ਦਾ ਵੀ ਦੇਖੋ ਜੀ ਨਰਸਰੀ ਚਾਈਲਡ ਇਸ ਲਾਈਕ ਅ ਪਲਾਂਟ ਇਨ ਅ ਨਰਸਰੀ ਇਸ ਲਾਈਕ ਦਾ ਨਰਸਰੀ ਇਨ ਦਾ ਸਕੂਲ ਜਿਸ ਤਰ੍ਹਾਂ ਇੱਕ ਪਲਾਂਟ ਆਪਾਂ ਨਰਸਰੀ ਚ ਪਹਿਲਾਂ ਲਗਾਉਂਦੇ ਹਾਂ ਬਾਅਦ ਚੋਂ ਗਾਰਡਨ ਚ ਲਗਾਉਂਦੇ ਹਾਂ ਇਸੇ ਤਰ੍ਹਾਂ ਨਰਸਰੀ ਦਾ ਬੱਚਾ ਜਦੋਂ ਸਕੂਲ ਚ ਆਉਂਦਾ ਹੈ ਉਹ ਵੀ ਉਹਨਾਂ ਉਸ ਤੋਂ ਕਿਤੇ ਜ਼ਿਆਦਾ ਇੰਪੋਰਟੈਂਟ ਹੈ ਉਹਦੀ ਵੀ ਓਨੀ ਹੀ ਦੇਖਭਾਲ ਦੀ ਜ਼ਰੂਰਤ ਹੈ ਠੀਕ ਹੈ ਕਿਉਂਕਿ ਜਿਹੜੇ ਯੰਗ ਚਿਲਡਰਨ ਹੈ ਦੇ ਆਰ ਸੋ ਡੈਲੀਕੇਟ ਐਂਡ ਉਹਨਾਂ ਨੂੰ ਬਹੁਤ ਕੇਅਰਫੁਲੀ ਹੈਂਡਲ ਕਰਨ ਦੀ ਲੋੜ ਹੈ ਠੀਕ ਹੈ ਔਰ ਇਹ ਜਿਹੜੀ ਰਿਸਪੋਂਸੀਬਿਲਟੀ ਹੈ ਕਿ ਇਹਨੂੰ ਅਸੀਂ ਕੇਅਰਫੁਲੀ ਹੈਂਡਲ ਕਰੀਏ ਇਹ ਦੋਵਾਂ ਜਾਣਿਆਂ ਦੀ ਹੈ ਤੁਹਾਡੀ ਐਜ ਅ ਪੇਰੈਂਟਸ ਤੇ ਸਾਡੀ ਐਜ ਅ ਟੀਚਰਸ ਠੀਕ ਹੈ ਕਿਉਂਕਿ ਇਹ ਸ਼ੇਅਰਿੰਗ ਹੈ ਲਾਈਕ ਤੁਸੀਂ ਟੀਚਰ ਨਾਲ ਕੋਪਰੇਟ ਕਰਦੇ ਹੋ ਅਸੀਂ ਤੁਹਾਡੇ ਨਾਲ ਕੋਪਰੇਟ ਕਰਦੇ ਹਾਂ ਆਪਾਂ ਬੱਚੇ ਨੂੰ ਇੱਕ ਅੱਛਾ ਉਹਦਾ ਪੋਜ਼ਿਟਿਵ ਨੋਟ ਤੇ ਉਹਦੀ ਬਿਲਡਿੰਗ ਕਰਨੀ ਹੈ ਠੀਕ ਹੈ ਅਜੇ ਦੇਖੋ ਇਹ ਬੱਚੇ ਸਿਰਫ 3 ਪੌੜੇ 3 ਸਾਢੇ 3 ਸਾਲ ਦੇ ਆ ਆਪਾਂ ਪੋਜ਼ਿਟਿਵ ਨੋਟ ਤੇ ਉਹਦੀ ਬਿਲਡਿੰਗ ਕਰਨੀ ਹੈ ਬੱਚੇ ਦੀ ਠੀਕ ਹੈ ਹਾਂਜੀ ਸੈਕਿੰਡ ਜੀ ਦ ਸਟਰੋਂਗਰ ਦਾ ਫਾਊਂਡੇਸ਼ਨ ਦ ਸਟਰੋਂਗਰ ਦਾ ਬਿਲਡਿੰਗ ਦੇਖੋ ਜੇ ਆਪਾਂ ਨੀਂਹ ਚੰਗੀ ਰੱਖਾਂਗੇ ਤੇ ਕਹਿੰਦੇ ਆ ਨਾ ਜੀ ਬਿਲਡਿੰਗ ਚੰਗੀ ਬਣੂਗੀ ਇਸੇ ਤਰ੍ਹਾਂ ਜੇ ਆਹ ਬੱਚੇ ਦੀ ਫਾਊਂਡੇਸ਼ਨਲ ਕਲਾਸ ਹੈ ਜੇ ਅਸੀਂ ਉਹਨੂੰ ਤੁਸੀਂ ਐਜ਼ ਅ ਪੇਰੈਂਟਸ ਅਸੀਂ ਐਜ਼ ਅ ਟੀਚਰ ਪੂਰਾ ਆਪਣਾ ਐਫਰਟ ਲਗਾਵਾਂਗੇ ਬੋਥ ਸਾਈਡ ਤੋਂ ਕੋਪਰੇਟ ਕਰਾਂਗੇ ਤੇ ਉਹ ਅੱਛੇ ਹਿਊਮਨ ਬੀਇੰਗਸ ਬਣਨਗੇ ਗੁੱਡ ਹਿਊਮਨ ਬੀਇੰਗਸ ਬਣਨਗੇ ਠੀਕ ਹੈ ਅਗਰ ਉਹ ਗੁੱਡ ਹਿਊਮਨ ਬੀਇੰਗਸ ਬਣਨਗੇ ਅੱਛੇ ਸਿਟੀਜ਼ਨ ਵੀ ਬਣਨਗੇ ਠੀਕ ਹੈ ਮੋਰ ਔਰ ਲੈਸ ਸਾਰੇ ਚਿਲਡਰਨ ਸਿਮਿਲਰ ਬੈਕਗ੍ਰਾਉਂਡ ਤੋਂ ਹੀ ਆਉਂਦੇ ਨੇ ਆਲਮੋਸਟ ਠੀਕ ਹੈ ਸੋ ਜਦੋਂ ਇੱਕ ਜਗ੍ਹਾ ਇਕੱਠੇ ਹੋ ਗਏ ਆਪਾਂ ਬੱਚਿਆਂ ਨੂੰ ਸਿਖਾਉਣਾ ਹੈ ਕਿ ਆਪਣੇ ਕਲਾਸਮੇਟਸ ਨਾਲ ਫਰੈਂਡਲੀ ਰਹਿਣ ਠੀਕ ਹੈ ਅਨਸੈਸਰੀ ਕੰਪਲੇਂਟਸ ਦਾ ਇੱਕ ਦੂਜੇ ਦੀ ਕਰਨ ਬੱਚਿਆਂ ਨੂੰ ਕਿਉਂਕਿ ਜਿਹੜੀ ਚੀਜ਼ ਅਜੋ ਕਿ ਇੰਨੇ ਲਾਈਕ ਜਸਟ ਬਿਗਨਿੰਗ ਬੱਚੇ ਦੀ ਪੌੜੇ ਸਿਰ ਸਾਢੇ 3 ਇਹ 4.5 ਸਾਲ ਦੇ ਬੱਚੇ ਕੀ ਹੁੰਦੇ ਆ ਕੁਛ ਵੀ ਨਹੀਂ ਹੁੰਦੇ ਜੋ ਆਪਾਂ ਸਿਖਾ ਦਾਂਗੇ ਉਹੀ ਉਹ ਸਿੱਖ ਲੈਣਗੇ ਆਪਾਂ ਉਹਨਾਂ ਨੂੰ ਕਲਾਸਮੇਟਸ ਨਾਲ ਫਰੈਂਡਲੀ ਰਹਿਣਾ ਸਿਖਾਉਣਾ ਹੈ ਠੀਕ ਹੈ ਤਾਂ ਕਿ ਉਹ ਅਨਸੈਸਰੀ ਕੱਲ ਨੂੰ ਕੰਪਲੇਂਟਸ ਨਾਲ ਹਰ ਵਕਤ ਕਰਦੇ ਰਹੇ ਠੀਕ ਹੈ ਐਡਜਸਟ ਕਰਨ ਇੱਕ ਦੂਜੇ ਨਾਲ ਠੀਕ ਹੈ ਔਰ ਜੇ ਉਹ ਐਡਜਸਟ ਕਰਨਾ ਸਿੱਖ ਜਾਣਗੇ ਤੇ ਉਹ ਅੱਛਾ ਇੱਕ ਕੋਪਰੇਟਿਵ ਰਿਲੇਸ਼ਨਸ਼ਿਪ ਡਿਵੈਲਪ ਕਰ ਸਕਣਗੇ ਰੈਸਟ ਆਫ ਦੇਅਰ ਲਾਈਫ ਚ ਬਿਕੋਜ਼ ਇਹ ਸਾਰਾ ਕੁਛ ਤੁਸੀਂ ਐਜ਼ ਅ ਪੇਰੈਂਟਸ ਅਸੀਂ ਐਜ਼ ਅ ਟੀਚਰਸ ਬੱਚਿਆਂ ਨੂੰ ਇਹੀ ਕੁਛ ਸਿਖਾਉਣਾ ਔਰ ਇਨ ਫਿਊਚਰ ਇਨ ਲਾਈਫ ਦੇ ਵੋਂਟ ਹੈਵ ਐਨੀ ਐਡਜਸਟਮੈਂਟ ਪ੍ਰੋਬਲਮਸ ਐਨੀਵੇ ਹੁਣ ਥੋੜੇ ਜਿਹੇ ਪੁਆਇੰਟਸ ਹੈ ਜਿਹੜੇ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੀ ਹਾਂ ਠੀਕ ਹੈ ਇੱਕ ਤੇ ਜਿਹੜੇ ਆਲ ਸੈਕਸ਼ਨਸ ਆਫ ਕਲਾਸ ਨਰਸਰੀ ਵਿਲ ਬੀ ਵਰਕਿੰਗ ਔਨ ਮੰਡੇ ਅੱਜ ਦੇ ਹੈਵ ਕਮ ਜਸਟ ਫਾਰ 1 ਆਵਰ ਮੰਡੇ ਤੋਂ ਟਾਈਮਿੰਗਸ ਵਿਲ ਬੀ 9 to 11 ਫੋਰ 1 ਵੀਕ ਅਨਿਸ਼ਲੀ ਉਸ ਤੋਂ ਬਾਅਦ ਗ੍ਰੈਜੂਅਲੀ ਇਟ ਵਿਲ ਬੀ 8:40 to 12:20 ਔਰ ਤੁਸੀਂ ਰੋਜ਼ ਆਪਣਾ ਜਿਹੜਾ ਵਟਸਐਪ ਗਰੁੱਪ ਤੇ ਜਿਹੜਾ ਤੁਸੀਂ ਟੀਚਰ ਨੂੰ ਫੀਡ ਕਰਾਇਆ ਜਿੱਥੇ ਤੁਹਾਨੂੰ ਮੈਸੇਜ ਆਇਆ ਜਿਹਦੇ ਕਰਕੇ ਅੱਜ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਤੁਸੀਂ ਉੱਥੇ ਮਤਲਬ ਉਹ ਵਟਸਐਪ ਗਰੁੱਪ ਆਪਣਾ ਰੋਜ਼ ਚੈੱਕ ਕਰਨਾ ਟਾਈਮ ਟੂ ਟਾਈਮ ਕਾਇੰਡਲੀ ਸਟੇ ਡਿਸਪਲਿਨਡ ਤੁਸੀਂ ਬੱਚੇ ਨੂੰ ਡਿਸਪਲਿਨ ਅਸੀਂ ਤਾਂ ਸਿਖਾਉਣਾ ਹੀ ਸਿਖਾਉਣਾ ਹੈ ਤੁਸੀਂ ਵੀ ਸਿਖਾਉਣਾ ਤੁਸੀਂ ਖੁਦ ਬੱਚੇ ਨੂੰ ਪੂਰੇ ਟਾਈਮ ਨਾਲ ਲੈ ਕੇ ਆਓ ਠੀਕ ਹੈ ਔਰ ਪੂਰੇ ਟਾਈਮ ਨਾਲ ਲੈ ਕੇ ਜਾਓ ਠੀਕ ਹੈ ਐਂਡ ਪੇਰੈਂਟਸ ਇਹਨੂੰ ਤੁਸੀਂ ਪੋਜ਼ਿਟਿਵ ਨੋਟ ਚ ਹੀ ਲੈਣਾ ਵੈਲ ਡਰੈਸ ਹੋ ਕੇ ਆਓ ਪ੍ਰੋਪਰਲੀ ਤੁਸੀਂ ਖੁਦ ਵੀ ਡਰੈਸ ਹੋ ਕੇ ਆਓ ਠੀਕ ਹੈ ਆਪਾਂ ਕਿਸੇ ਨੂੰ
ਆਪਣੇ ਬੱਚੇ ਨੂੰ ਡਿਸਪਲਿਨ ਕਰਨ ਵਾਸਤੇ ਇੱਕ ਅੱਛਾ ਮਤਲਬ ਵੈਲ ਡਰੈਸ ਹੋਣਾ ਕੋਈ ਗਲਤ ਗੱਲ ਨਹੀਂ ਹੈ, ਤੁਸੀਂ ਵੀ ਡਿਸਪਲਿਨ ਐਗਜ਼ਾਮਪਲ ਬਣਨਾ ਆਪਣੇ ਬੱਚੇ ਲਈ, ਐਸ ਟੀਚਰਸ ਨੇ ਵੀ ਬਣਨਾ, ਉਹ ਵੀ ਵੈਲ ਡਰੈਸਡ ਹੋਣਗੀਆਂ, ਤੁਸੀਂ ਵੀ ਪੂਰਾ ਅੱਛੀ ਤਰ੍ਹਾਂ ਡਰੈਸ ਹੋ। ਔਰ ਜਿਹੜੇ ਸਟੂਡੈਂਟਸ ਹੈ ਆਪਣਾ, ਦੇ ਵਿਲ ਬ੍ਰਿੰਗ ਦੇਅਰ ਟਿਫਨ, ਔਰ ਟਿਫਨ ਉਹ ਲੈ ਕੇ ਆਉਣ ਵਿੱਚ ਦੇ ਆਰ ਏਬਲ ਟੂ ਓਪਨ ਬਾਏ ਦੈਮਸੈਲਫ। ਕੋਸ਼ਿਸ਼ ਕਰੋ ਕਿ ਬੱਚੇ ਨੂੰ, ਹੁਣ ਜਿਸ ਤਰ੍ਹਾਂ ਅੱਜ ਤੁਸੀਂ ਲੈ ਆਓ ਬੱਚੇ ਨੂੰ ਟਿਫਨ ਦਿੱਤਾ ਹੋਏਗਾ, ਇਟਸ ਓਕੇ, ਬਟ ਕੱਲ ਪਰਸੋਂ ਤੁਸੀਂ ਬੱਚੇ ਨੂੰ ਉਹ ਟਿਫਨ ਦੇਵੋ, ਐਂਡ ਲੈਟ ਦ ਚਾਈਲਡ ਓਪਨ ਹਿਸ ਓਨ ਟਿਫਨ, ਔਰ ਜੋ ਉਹਦਾ ਪਸੰਦ ਦਾ ਖਾਣਾ ਪ੍ਰੈਫਰੇਬਲੀ ਤੁਸੀਂ ਉਹ ਦਿਓ, ਬਟ ਅਵੋਇਡ ਜੰਕ, ਕਰੀਮੀ ਫੂਡ, ਕਰਡ, ਇਹੋ ਜਿਹੀਆਂ ਚੀਜ਼ਾਂ ਤੁਸੀਂ ਅਵੋਇਡ ਕਰੋ, ਬਿਕੋਜ ਬੱਚੇ ਆਪਣੇ ਤੇ ਵੀ ਦੇਖਣਗੇ, ਆਪਣੇ ਵੀ ਕੱਪੜੇ ਤੇ ਵੀ ਖਲਾਰਾ ਪਾ ਲੈਣਗੇ, ਸੋ ਬੈਟਰ ਕਿ ਉਹ ਟਿਫਨ ਦੇ ਗਏ, ਗਿਵ ਸਮ ਫਰੂਟ, ਪਰੌਂਠੀ ਦੇ ਦਿਓ, ਥੋੜੀ ਜਿਹੀ ਵੈਜੀਟੇਬਲ ਦੇ ਦਿਓ, ਰਾਈਟ। ਔਰ ਹਰ ਚੀਜ਼ ਤੇ ਲਾਈਕ ਵਾਟਰ ਬੋਟਲਸ ਤੇ ਟਾਲ ਨੈਪਕਿਨਸ ਦੇਣਾ, ਉਹਨਾਂ ਦੇ ਹਰ ਹੈਂਕਰ ਚੀਜ਼ ਰਾਈਟ ਨੇਮ ਔਨ ਇਟ, ਹਰ ਚੀਜ਼ ਤੇ ਬੱਚੇ ਦਾ ਨੇਮ ਲਿਖੋ, ਔਰ ਫਸਟ ਲੈਟਰ ਬੈਗ ਤੇ ਵੀ ਬੱਚੇ ਦਾ ਨਾਮ ਲਿਖੋ। Arrange a temporary i-card. I think most of you have already done this. ਤੁਹਾਡੇ ਤੁਸੀਂ ਬੱਚੇ ਨੂੰ i-card ਦੇ ਕੇ temporary ਭੇਜਿਆ ਹੋਇਆ, see to it they should wear it every day, ਤੋ ਤਾਂ ਕਿ ਟੀਚਰ ਨੂੰ ਕੋਈ ਕਨਫਿਊਜ਼ਨ ਨਾ ਹੋਏ, as they are new to the class, new to the teacher, ਬੱਚੇ ਨੂੰ ਵੀ ਕੋਈ ਕਨਫਿਊਜ਼ਨ ਨਾ ਹੋਵੇ, ਠੀਕ ਹੈ। ਔਰ ਉਸ i-card, ਅਜੇ temporary i-card ਹੈ, ਫਿਰ ਬੱਚੇ ਨੂੰ ਤਾਂ ਹੌਲੀ ਹੌਲੀ ਸਕੂਲ ਵਾਲੇ ਦੇ ਵਿਲ ਮੇਕ ਅ ਪਰਮਨੈਂਟ ਆਈ ਕਾਰਡ ਵਿਚ ਦੇ ਆਲਵੇਜ਼ ਹੈਵ ਟੂ ਵੇਅਰ। ਔਰ ਐਵਰੀ ਸੈਟਰਡੇ ਵਿਲ ਬੀ ਆਫ ਫਾਰ ਪ੍ਰੀ ਪ੍ਰਾਇਮਰੀ ਸੈਕਸ਼ਨ, ਐਵਰੀ ਸੈਟਰਡੇ ਵਿਲ ਬੀ ਆਫ ਫਾਰ ਪ੍ਰੀ ਪ੍ਰਾਇਮਰੀ ਸੈਕਸ਼ਨ, ਤੁਹਾਡੇ ਬੱਚੇ ਦਾ ਕਿਸੇ ਵੀ ਦਿਨ ਸਕੂਲ ਸੈਟਰਡੇ ਨੂੰ ਨਹੀਂ ਲੱਗੇਗਾ, ਦੈਟ ਇਜ ਨਰਸਰੀ ਟੂ ਵਨ, nursery, LKG, UKG and 1. ਔਰ ਅਸੀਂ ਜਿਹੜਾ ਬੱਚਾ ਹੈ ਕਿਸੇ ਵੀ ਸਟ੍ਰੇਂਜਰ ਨੂੰ, ਜਿਸਦਾ ਤੁਹਾਨੂੰ ਪੇਰੈਂਟਸ ਦਾ ਤਾਂ ਟੀਚਰ ਨੂੰ ਹੌਲੀ ਹੌਲੀ ਪਤਾ ਲੱਗ ਹੀ ਜਾਏਗਾ ਤੇ ਟਾਈਮ ਲੱਗੇਗਾ, ਅਸੀਂ ਹੈਂਡ ਓਵਰ ਨਹੀਂ ਕਰਨਾ, ਅਸੀਂ ਕਿਸੇ ਵੀ ਸਟ੍ਰੇਂਜਰ ਨੂੰ ਬੱਚਾ ਹੈਂਡ ਓਵਰ ਨਹੀਂ ਕਰਨਾ, ਠੀਕ। ਦੇਰ ਇਜ਼ ਅ ਗਾਰਡੀਅਨ ਕਾਰਡ which Sunandita ma'am will tell you how to fill it, and you will carry it if you have to bring, if you have to take your child from 9 to 11. We are providing you this guardian card. You have to fill the guardian card, okay? There we have name, father's name, child ki bachche di sari particulars hai na, tusi idhar bhari hai, okay? Name, father's name, mother's name, class and section, and contact number, and here you have to paste two pictures of guardian, theek hai, jehde bhi parent ne, jehde bhi tode known hai, unhone len aana hai, sirf unna do person diyan pictures itthe tusi paste karni like this, theek hai, we have a sample of that, aise tusi do, like ek mother hai ya father hai ya dadu ne aana hai ya chachu ne aana, whosoever is coming to pick up the child, oh tusi unna diyan pictures paste karni hai, theek hai. Next you have to fill their name, ਜੋ ਵੀ ਉਹਨਾਂ ਦਾ ਨੇਮ ਹੈ ਉਹ ਤੁਸੀਂ ਫਿਲ ਕਰਨਾ ਹੈ, ਬੱਚੇ ਨਾਲ ਰਿਲੇਸ਼ਨ ਆਫ ਦ ਪਰਸਨ, ਠੀਕ ਹੈ, ਜੋ ਉਸ ਰਿਲੇਸ਼ਨ, ਉਸ ਪਰਸਨ ਦਾ ਰਿਲੇਸ਼ਨ ਹੈ ਬੱਚੇ ਦੇ ਨਾਲ, ਯੂ ਹੈਵ ਟੂ ਰਾਈਟ ਦੈਟ ਆਲਸੋ, ਦੈਨ ਯੂਅਰ ਐਡਰੈਸ, ਮੋਬਾਈਲ ਨੰਬਰ, ਐਂਡ ਹੇਅਰ ਵੀ ਹੈਵ ਆਈ ਡੀ, ਯੂ ਹੈਵ ਟੂ ਫਿਲ ਦਾ ਆਧਾਰ ਕਾਰਡ ਨੰਬਰ ਆਫ ਦੈਟ ਪਰਟੀਕੁਲਰ ਪਰਸਨ, ਠੀਕ ਹੈ, ਜਿਹੜਾ ਪਰਸਨ ਪਿਕ ਕਰਨ ਆਇਆ ਬੱਚੇ ਨੂੰ ਉਹਦਾ ਆਧਾਰ ਕਾਰਡ ਨੰਬਰ ਵੀ ਤੁਸੀਂ ਇੱਥੇ ਫਿਲ ਕਰਨਾ, ਠੀਕ ਹੈ, ਇਹ ਤੁਸੀਂ ਖੁਦ ਫਿਲ ਕਰਕੇ ਟੀਚਰ ਨੂੰ ਦੇਣਾ, they will send you back after stamping and signatures so on, okay, that's all for the guardian cards. And regarding the dowry and school uniform, ma'am, will you explain you again? Here we have page number 2 and 3, you will get it later, okay, hale tonu dowry bhi nahi mil rahi hai, later we will give you the dowry in child's bag. What you have to do is you have to complete the personal memorandum, okay, personal memorandum, you have to fill all the columns, right, except admission number, that we will provide you the admission number, right, you have to write the name of the student, father's name, occupation, mother's name,
and their category, class, section, class teacher, that you can also write. Then date of birth of the child, and you have to paste the picture of the child here. We have to fill both the columns, right? Both the pages. Page number is 2 and 3 maybe. Okay? Or piche, one is undertaking. You have to fill this also. If you have any problem regarding this, you can contact the class teacher. You can send the message only. Okay? During working hours, there will be no call to the teachers. Right? Then, that's it. No notebook work for 2 months. For 2 months, there will be no work on notebooks. Workbook will be done gradually. But initially, we will start with the pre-writing skills. Pre-writing skills which will intimate everything on WhatsApp group. You can see what is being done in the class. We'll give, send you classwork also, we'll send you homework also. Lots of assignments will be there, activities will be there, and oral work. Few words of English will be there. And it's a request to parents to please speak few words which you can speak. I know everybody can speak, but small words there. If you will speak, teacher will speak, child will learn soon. And gradually, first words, then to the sentences. As books are being distributed, sell. Ajay bhi books di jadi distribution ho rahi hai. So panic nahi hona. Jodo bhi books aa jayenge, complete tadko. One day we will fix for the books. Jadi ki teachers collect karenge, but make sure before jada time fix hai ta books tusi leke aani hai. Make sure that on each and every book name and section should be written so that there should be no matlab koi kisi ke idhar udhar misplaced na ho jayega whatsoever. So don't, and for a humble request hai, don't go to the class directly. Initially you see for 1 week you can go, for 1 week you can go, okay, as it's a beginning you can go. After that, don't go to the class directly. First come to the school office, then to my office, then we'll see what to do if in case of any problem. And no phone calls in between during like 9 to 11. Teacher will call you if she faces any problem. To see me call them. Because we won't be able to attend that. Time will be fixed for phone call. Tanu time teacher WhatsApp te intimate karenge ki tusi kis time te tusi teacher ko call kar sakte. Us to baad that will be 1 hour daily. Us to baad tusi teacher ko call nahi kar sakte. In case of emergency, you can send a message to the teacher and wait. When teacher gets sent, she has a family also at home. So then she will call. Or if there is a special problem, you can come to my office. And when the child's performance, that we will, it's a continuously process performance. Assessment will be regular. And tanu report card ya jo bhi hai, time to time intimate kita jaye. And kindly cooperate and coordinate with the school. And if your child is not well, don't send your child to school. To see, dekho ithe regular assessment hai. Whatsoever is not done today, as the child is not well, it will be done tomorrow. So don't worry about that. Any question? And last question. Kindly pay the school fee in time, so that teachers don't have to call you, because it's a school matter, but teachers, we are supposed to call you. So kindly pay the fees in time. That's all. Thank you. Any query about from your side? Any query, any question from your side? If you want to ask anything, you have any question, you can ask right now. Haji ma'am, do you want to ask? Be comfortable. Put some questions, okay? I hope everything is clear.
Yes, sir. Anybody else? No questions? Thank you. Okay, thank you so much.